ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਹਾਰਾਜ ਸਭ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ, ਸਾਰੇ ਭੈਣ ਭਾਈ ਸੁਖੀ ਵਸੋ। ਅੱਜ ਜੀ ਆਪਾਂ ਨੇ ਗੱਲ ਕਰਨੀ ਹੈ ਝੂਠ ਬਾਰੇ, ਬਈ ਝੂਠ ਦੇ ਆਪਣੇ ਜ਼ਿੰਦਗੀ 'ਚ ਕੀ ਕੀ ਨੁਕਸਾਨ ਨੇ। ਚਲੋ ਸਾਰੇ ਭੈਣ ਭਾਈ ਸਭ ਆਪਾਂ ਦੁਨੀਆਦਾਰੀ 'ਚ ਰਹਿੰਦੇ ਹਾਂ, ਪਤਾ ਹੀ ਹੈ ਤੁਹਾਨੂੰ ਵੀ ਝੂਠ ਦੇ ਕੀ ਨੁਕਸਾਨ ਨੇ, ਬਈ ਫਿਰ ਵੀ ਚਲੋ ਆਪਾਂ ਗੱਲ ਕਰਦੇ ਹਾਂ। ਝੂਠ ਸਰਦਾਰ ਜੀ, ਜੇ ਇੱਕ ਵਾਰ ਇਨਸਾਨ ਨੂੰ ਝੂਠ ਬੋਲਣ ਦੀ ਆਦਤ ਪੈ ਜਾਵੇ, ਐਡਾ ਕੁ ਤਜਰਬਾ ਹੋ ਜਾਂਦਾ ਇਨਸਾਨ ਨੂੰ, ਔਰ ਇਨਸਾਨ ਇੰਨਾ ਕੁ ਝੂਠ 'ਚ ਵੜਦਾ ਚਲੇ ਜਾਂਦਾ ਹੈ, ਉਹਦੀ ਆਦਤ ਬਣ ਜਾਂਦੀ ਹੈ। ਹਾਂਜੀ, ਉਹਦੇ ਵਿੱਚ ਉਹ ਉਸਦਾ ਹੀ ਚੱਲ ਜਾਂਦਾ। ਹਾਂਜੀ, ਇੱਕ ਝੂਠ ਨੂੰ ਲੁਕਾਉਣ ਲਈ ਉਹਨੂੰ ਹਜ਼ਾਰਾਂ ਝੂਠ ਬੋਲਣਾ ਪੈਂਦਾ ਇੱਕ ਝੂਠ ਲਈ। ਹਾਂਜੀ ਹਾਂਜੀ ਹਾਂਜੀ, ਤੇ ਜੇ ਆਪਾਂ ਪਤਾ ਕੀ ਹੈ, ਕਹਿੰਦੇ ਹੁੰਦੇ ਆ ਇਨਸਾਨ ਨੂੰ ਸਾਰੀ ਦਿਹਾੜੀ ਸਾਡੀ ਲੰਘੀ, ਸ਼ਾਮ ਨੂੰ ਸਾਨੂੰ 5-7 ਮਿੰਟ ਆਪਣੀ ਆਪਣੇ ਆਪ ਲਈ ਕੱਢਣੇ ਚਾਹੀਦੇ, ਪਿੱਛੇ ਮੈਂ ਸਾਰੀ ਦਿਹਾੜੀ 'ਚ ਕੀ ਕੀਤਾ, ਕਿੱਥੇ ਮੈਂ ਕਿਸੇ ਦਾ ਬੁਰਾ ਕੀਤਾ, ਕਿੱਥੇ ਮੈਂ ਝੂਠ ਬੋਲਿਆ, ਕਾਹਤੇ ਬੋਲਿਆ, ਕੀ ਮੇਰੇ ਬੈਨੀਫਿਟ ਨੇ ਇਹਦੇ ਵਿੱਚ, ਕਿਸੇ ਦਾ ਝੂਠ ਬੋਲ ਕੇ ਮੈਂ ਕੀ ਭਲਾ ਕਰਤਾ। ਕਿਸੇ ਦੀ ਜਾਨ ਜਾਂਦੀ ਹੈ ਉੱਥੇ ਬੋਲਿਆ ਜਾਵੇ ਉਹਨੂੰ, ਮੈਂ ਉਹੀ ਗੱਲ ਕਰਦੀ ਹਾਂ ਵੀ ਜੇ ਤਾਂ ਅਸੀਂ ਕਿਸੇ ਦੇ ਭਲੇ ਲਈ ਝੂਠ ਬੋਲੇ ਹਾਂ ਤਾਂ ਅਸੀਂ ਬਹੁਤ ਬੜਾ ਕੰਮ ਕਰਤਾ, ਪਰ ਜੇ ਅਸੀਂ ਆਪਣੇ ਤਜਰਬੇ ਦੇ ਹਿਸਾਬ ਨਾਲ ਬੋਲੇ ਵੀ ਕਿਸੇ ਨੂੰ ਚਾਰ ਕੇ ਰੱਖਤਾ ਅਸੀਂ, ਸਦਾਈ ਬਣਾਤਾ, ਫਿਰ ਬੜੀ ਮਾੜੀ ਗੱਲ ਹੈ। ਉਹ ਤਾਂ ਮਾੜੀ ਗੱਲ ਹੈ ਨਾ ਜੀ, ਬਈ ਅਸੀਂ ਮਾਵਾਂ ਝੂਠ ਬੋਲਦੀਆਂ ਤੁਹਾਨੂੰ ਆਪਣੇ ਬੱਚਿਆਂ ਪਿੱਛੇ, ਭਾਵੇਂ ਅਸੀਂ ਕਿਸੇ ਰਿਸ਼ਤੇ ਨੂੰ ਚਾਰ ਰਹੇ ਹਾਂ, ਭਾਵੇਂ ਅਸੀਂ ਆਪਣੇ ਮਾਂ ਬਾਪ ਨੂੰ ਝੂਠ ਬੋਲ ਰਹੇ ਹਾਂ, ਨੁਕਸਾਨ ਕਿਹਦਾ? ਖੁਦ ਦਾ, ਆਪਣੇ ਆਪ, ਆਪਣੇ ਆਪ ਦਾ, ਜਿੱਧਰ ਮਰਜ਼ੀ ਨੂੰ ਭੱਜਣਾ, ਨੁਕਸਾਨ ਆਪਣਾ ਹੀ ਹੈ ਝੂਠ 'ਚ, ਹੈ ਨਾ ਜੀ। ਦੇਖ ਅੱਜ ਕੋਈ ਲਾ ਲਓ ਇੱਕ ਮਾਂ ਝੂਠ ਬੋਲਦੀ ਹੈ ਆਪਣੇ ਬੱਚੇ ਪਿੱਛੇ, ਆਪਣੇ ਆਦਮੀ ਨੂੰ, ਉੱਥੇ ਆਦਮੀ ਨੂੰ ਵੀ, ਆਦਮੀ ਨੇ ਵੀ ਸੱਚਾਈ ਤੋਂ ਵਾਂਝਾ ਰਹਿ ਜਾਣਾ, ਬੱਚੇ ਨੂੰ ਸ਼ਹਿ ਮਿਲ ਜਾਣੀ ਆ, ਮਾਂ ਦਾ ਤਜਰਬਾ ਵੱਧ ਜਾਣਾ, ਬੱਚੇ ਦੀ ਵੀ ਆਦਤ ਬਣ ਗਈ ਵੀ ਮੇਰੀ ਮੰਮੀ ਨੇ, ਮੇਰੀ ਮਾਂ ਨੇ, ਮੇਰਾ ਪਿਓ ਸਦਾਈ ਬਣਾ ਕੇ ਰੱਖਤਾ ਝੂਠ ਬੋਲ ਕੇ, ਵੀ ਇਹ ਤਾਂ ਕੰਮੇ ਬਹੁਤ ਵਧੀਆ ਚੱਲੇ ਜਾਣਾ, ਝੂਠ ਬੋਲ ਕੇ ਤਾਂ ਕੰਮੇ ਬਹੁਤ ਵਧੀਆ ਲੋਟ ਆਉਂਦਾ, ਇਹ ਤਾਂ ਚੱਲ ਜਾਣਾ। ਜੇ ਤਾਂ ਤੁਸੀਂ ਕਿਸੇ ਦੇ ਝੂਠ 'ਚ ਸਾਥ ਦੇ ਦੋਗੇ ਤਾਂ ਤੁਹਾਡੇ ਵਰਗਾ ਸਹੀ ਕੋਈ ਨਹੀਂ, ਤੁਹਾਡੇ ਵਰਗਾ ਕੋਈ ਸਹੀ ਨਹੀਂ ਹੈਗਾ, ਹੀਰੇ ਹੋ ਤੁਸੀਂ, ਠੀਕ ਹੈ। ਜੇ ਤੁਸੀਂ ਝੂਠ ਦਾ ਜਵਾਬ ਤੁਰੰਤ ਦੇਤਾ ਮੇਰੇ ਵਾਂਗੂ, ਹੁੰਦਾ ਨਾ ਕਿਸੇ ਦੇ ਜੁੱਤੀਆਂ ਖਾਣ ਦਾ ਹੈ ਨਾ ਆਦਤ ਪਈ ਹੁੰਦੀ ਹੈ, ਮੇਰੇ ਵਰਗੀ ਨੇ ਜਦੇ ਕਹਿਣਾ ਵੀ ਨਹੀਂ ਆਹ ਗੱਲ ਆਏ ਆ, ਗਿੱਟੇ ਲੱਗੇ ਗੋਡੇ ਲੱਗੇ, ਉਹ ਭਾਵੇਂ ਸਾਡਾ ਰਿਸ਼ਤਾ, ਭਾਵੇਂ ਸਾਡਾ ਗੁਆਂਢੀ ਹੈ, ਭਾਵੇਂ ਉਹ ਤਕਲੀਫ ਦੇ ਆ, ਉੱਥੇ ਮੈਂ ਮਾੜੀ ਬਹੁਤ, ਇੱਕ ਵਾਰ ਮਾੜੇ ਬੋਲੋ, ਮੈਂ ਤਾਂ ਇਹ ਕਹਿੰਦੀ ਹਾਂ ਬਈ ਬਾਰ ਬਾਰ ਮਾੜੇ ਬੋਲਣ ਨਾਲੋਂ, ਮੇਰਾ ਆਪਣਾ ਹੀ ਜ਼ਿੰਦਗੀ ਦਾ, ਮੈਂ ਤੁਹਾਨੂੰ ਦੱਸਦੀ ਹਾਂ ਮੈਂ ਖੋਟੀ ਹਾਂ ਬਹੁਤ, ਮੇਰਾ ਆਪਣਾ ਹੀ ਤਜਰਬਾ ਹੈ, ਮੈਂ ਤਾਂ ਕਹਿੰਦੀ ਹਾਂ ਵੀ ਇੱਕ ਵਾਰ ਸਿਰ ਕਟਵਾ ਲਓ ਸਾਰੀ ਜ਼ਿੰਦਗੀ ਕਟਵਾਉਣ ਨਾਲੋਂ, ਕੀ ਕਰ ਲਓ, ਗੋਲੀ ਮਾਰ ਲਓ ਅਗਲਾ, ਹੋਰ ਕੀ ਕਰ ਲਓ, ਸੱਚ ਬੋਲ ਦਿਓ ਜੋ ਹੈਗਾ, ਠੀਕ ਹੈ। ਮੈਂ ਤਾਂ ਇਹੀ ਗੱਲ ਨੂੰ ਫਿੱਟ ਸਮਝਦੀ ਹਾਂ, ਠੀਕ ਹੈ, ਇਹੀ ਗੱਲ ਮੈਂ ਸਹੀ, ਇਹ ਨਾ ਹੋਵੇ ਬਾਰ ਬਾਰ ਤੈਨੂੰ ਸਿਰ ਝੁਕਾਉਣਾ ਪਵੇ, ਬਾਰ ਬਾਰ ਤੈਨੂੰ ਡਰਨਾ ਪਵੇ, ਬਾਰ ਬਾਰ ਤੇਰੇ ਦਿਲ 'ਚ ਤੂੰ ਤੇਰੇ ਹੋਵੇ ਵੀ ਹਾਏ ਮੈਂ ਝੂਠ ਬੋਲਿਆ, ਨਾ ਨਾ ਨਾ, ਕਰ ਦਿਓ ਜਿਹੜਾ ਕੁਛ ਕਰਨਾ ਬਸ, ਹਾਂ ਜਾਂ ਨਾ, ਉਹਦਾ ਥਲੇ ਮੈਨੂੰ ਕਰਕੇ ਪਰੇ ਹੋ ਜਾਂਦਾ, ਕਰਕੇ ਪਰੇ ਹੋ ਜਾਂਦਾ, ਸਾਨੂੰ ਰਿਜ਼ਲਟ ਵੀ ਤੁਰੰਤ ਮਿਲ ਜਾਂਦਾ ਉਹਦਾ ਜਦ ਨਾਲ ਦੀ ਨਾਲ, ਠੀਕ ਹੈ। ਜੇ ਤਾਂ ਅਗਲੇ ਨੇ ਛਿੱਤਰ ਮਾਰਨੇ ਆ ਤਾਂ ਵੀ ਅਗਲਾ ਮਾਰ ਲੈਂਦਾ, ਜੇ ਅਗਲੇ ਨੇ ਸਵੀਕਾਰਨਾ ਹਾਂ ਭਾਈ ਤੂੰ ਸਹੀ ਆ, ਉਹ ਵੀ ਉੱਥੇ ਹੀ ਹੋ ਲੈਂਦਾ ਸਾਰਾ ਕੁਛ, ਉਹ ਜਦ ਨਹੀਂ ਅਹਿਸਾਸ ਹੋਇਆ ਉਸ ਸਮੇਂ ਬਾਅਦ ਹੋ ਜਾਂਦਾ ਵੀ ਹਾਂ ਸੱਚਾ ਤਾਂ, ਹੈ ਨਾ ਜੀ। ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਇੱਕਦਮ ਮੈਂ ਹੋਰ ਦੱਸਦੀ ਹਾਂ, ਨਹੀਂ ਮੰਨ ਚੋ ਤੇ ਜਿਹੜਾ ਝੂਠਾ ਹੈ ਉਹ ਸਾਨੂੰ ਹਰਦਮ ਡਰਾਉਂਦਾ ਫਿਰੀ ਜਾਂਦਾ ਰਿਸ਼ਤਿਆਂ ਤੋਂ, ਉਹਦੀ ਵੀ ਰਾਖੀ ਕਰਾਂ, ਉਹ ਕੀ ਗੱਲਾਂ ਕਰਦਾ, ਕਿਤੇ ਮੇਰੇ ਲਈ ਤਾਂ ਨਹੀਂ ਗੱਲ ਕਰਦਾ, ਸਾਡਾ ਕੋਈ ਭੈਣ ਭਾਈ ਬੈਠਾ ਉਹਦੇ ਕੋਲ ਵੀ ਜਾ ਕੇ ਖੜਾ, ਕਿਤੇ ਮੇਰੀ ਗੱਲ ਤਾਂ ਨਹੀਂ ਕੋਈ ਕਰਦਾ। ਜਦ ਅਸੀਂ ਸੱਚੇ ਸੁੱਚੇ ਹਾਂ, ਮੈਂ ਕਹਿੰਦੀ ਹਾਂ ਵੀ ਅਗਲਾ ਜੋ ਮਰਜ਼ੀ ਗੱਲਾਂ ਕਰੇ ਸਾਨੂੰ ਕੋਈ ਪਰਵਾਹ ਨਹੀਂ, ਸਾਨੂੰ ਕਿਸੇ ਦੀਆਂ ਰਾਖੀਆਂ ਨਹੀਂ ਕਰਨੀਆਂ ਪੈਂਦੀਆਂ ਪਰਿਵਾਰ 'ਚ, ਬਿਲਕੁਲ ਲੋੜ ਨਹੀਂ, ਸਹੀ ਗੱਲ ਹੈ ਨਾ ਜੀ। ਪਰ ਜੇ ਅਸੀਂ ਝੂਠ ਨੂੰ ਗਲੋਂ ਲਾਉਣਾ, ਇਹ ਆਪਣਾ ਤਜਰਬਾ ਹੈ, ਇਹੀ ਹੈ, ਠੀਕ ਹੈ ਨਾ, ਭਾਵੇਂ ਉਹ
आदमी झूठ बोलता उदियां भी आदतां घर नूं गाल रहियां, भावें उह जनानी झूठ बोलदी आ उदियां भी आदतां घर नूं गाल रहियां, भावें असीं रिश्तियां प्रति झूठ बोलदे हाँ। मैं हुण ला लो भी मैं मेरी किसी नाल माड़ी मोटी फिक पई हुई आ, ठीक है, तुसीं मेरे कोल अगले दे प्रति गल कर रहे हो, मैं थोनू बधा चढ़ा के अगले दियां दसणियां भी अगले नूं भंडा, ठीक है। देखो जी सच सच हुंदा, किसे दो चार जणियां दे भंडियां कोई भंड नहीं हुंदा हुंदा, ठीक है, सच्चाई ने सच्चाई रहना, सच्चाई ने सच्चाई रहना। हुण मैनू मैनू 50 जणे निंद लैण, जद मैं कहने अपने राह सही चल रही हाँ, मैनू अपने आप ते भरोसा भी मैं सही हाँ, मैं गलत नहीं, उत्थे मेरे लिए कोई मैनू किसी नजरिए नाल देखी जावे मैनू कोई परवाह नहीं, क्योंकि मैं खुद सही हाँ। पर मैं सही होवां भी, ये भी गल है, मैं सही होवां भी, जिवें जब तुसीं अंदरों सही हो अपने आप तो सही हो, तुहानूं किसी दे कहण या ना कहण नाल कोई फर्क नहीं, कोई फर्क नहीं पैंदा। देखो हुण मैं कह दिंदी हाँ फलाना गलत है, धमका गलत है, ओहदी गल सुण के कहां दस ने दस नूं दसणा है, कुछ नहीं जी हुंदा, अपना आप सही रखो, परमात्मा नूं जान देनी है, ओहदे इन्नी सच्चे सुच्चे रहो, ठीक है। जिंदगी है ना जिहड़ी, जिंदगी नूं खुली किताब रखो जमे, गल तां उत्थे हुंदी है ना, साडे साम साडे च इन्नी जुरत चाहीदी है, साडे सामने साडे जमे हुए बच्चे तो लेके साडे प्यो तक सानूं सवाल कर सकण, असीं उहदा उत्तर दे सकीए, ਇੰਨੇ ਜੋਗੇ ਰਹੋ। ਜੇ ਤੁਸੀਂ ਛੇਂ ਭਰ ਵੇ ਤੇ ਦਬਦੇ ਹੋ, ਦਬਦੇ ਦਬ ਦਬੂ ਕੋਣ ਕਾਣਾ ਦਬੂ, ਜਿਹੜਾ ਕਾਣਾ ਹੋ ਜਾਂ ਝੂਠਾ ਹੋ, ਝੂਠਾ ਹੋ ਬਸ, ਠੀਕ ਹੈ ਨਾ। ਇੰਨੀ ਕੁ ਜ਼ੋਰ ਤਾਂ ਰੱਖੋ ਵੀ ਅਗਲੇ ਦਾ ਹਿੱਕ ਨਾ ਵੱਜ ਕੇ ਗੱਲ ਕਰ ਸਕੀਏ ਅਸੀਂ, ਵੀ ਨਿਕਲ ਬਾਹਰ, ਕਾਣਾ ਕਾਣਾ ਬੰਦਾ ਤਾਂ ਸਿਰੇ ਨਹੀਂ ਚੱਕਦਾ, ਵੀ ਤਾਂ ਇਹ ਗੱਲ ਕਹੀ ਹੈ, ਕਹੀ ਹੈ ਤਾਂ ਕਿਵੇਂ ਕਹੀ ਹੈ, ਤਾਂ ਤੇਰੇ ਸਾਹਮਣੇ ਖੜਾ, ਤੇਰੇ ਸਾਹਮਣੇ ਖੜੇ ਆ, ਠੀਕ ਹੈ ਜੀ। ਮੈਂ ਤੁਹਾਨੂੰ ਦੱਸਦੀ ਹਾਂ ਵੀ ਝੂਠ ਨੇ ਘਰ ਬਰਬਾਦ ਕਰਤੇ, ਝੂਠ ਨੇ ਜ਼ਿੰਦਗੀਆਂ ਲੋਕਾਂ ਦੀਆਂ ਬਰਬਾਦ ਕਰਤੀਆਂ, ਜਦ ਆਪਾਂ ਕਿਸੇ ਝੂਠੇ ਬੰਦੇ ਦੇ ਧੱਕੇ ਚੜ ਜਾਂਦੇ ਹਾਂ, ਕਿਉਂਕਿ ਜਿਹੜਾ ਬੰਦਾ ਜਿਹੜਾ ਵੀ ਇਨਸਾਨ ਮਨ ਦਾ ਸੱਚਾ ਸੁੱਚਾ ਹੁੰਦਾ ਹੈ ਉਹ ਛੇਤੀ ਭਲੇਵੇਂ ਚ ਆ ਜਾਂਦਾ ਹੈ, ਚਲਾਕ ਬੰਦਾ ਨੀ ਪੈਰਾਂ ਤੇ ਪਾਣੀ ਪੈਣ ਦਿੰਦਾ। ਦੁਨੀਆ ਜਿਹੜੀ ਹੈ ਨਾ ਬੰਦੇ ਨੂੰ, ਜਿਵੇਂ ਕਹਿੰਦਾ ਵੀ ਸਾਰੇ ਤਰ੍ਹਾਂ ਦੇ ਬੰਦਿਆਂ ਨਾਲ ਮਿਲ ਵਰਤਾਂ ਰੱਖਣਾ ਚਾਹੀਦਾ, ਝੂਠਿਆਂ ਬਾਰੇ ਪਤਾ ਹੀ ਨੀ ਤੁਹਾਨੂੰ, ਹਰਾਮਖੋਰ ਬੰਦਿਆਂ ਬਾਰੇ ਜਾਂ ਜਿਹੜੇ ਜਿਵੇਂ ਕਹਿੰਦੇ ਬੰਦਾ ਭਰਮਾਉਣ ਵਾਲੇ ਉਹਨਾਂ ਬਾਰੇ ਪਤਾ ਹੀ, ਜਿਹੜਾ ਬੰਦਾ ਇਹਨਾਂ ਬੰਦਿਆਂ ਦੀ ਗ੍ਰਿਫਤ ਜਾ ਜਾਂਦਾ ਹੈ, ਧੱਕੇ ਚੜ ਜਾਂਦਾ ਹੈ, ਚੋਰੀ ਜਦ ਵੀ ਹੋਊ ਭੋਲੇ ਮਾਨਸ ਦੇ ਘਰ ਹੋਊ, ਗੱਲਾਂ ਚ ਆਉਣੇ ਵਾਲਾ ਹੁੰਦਾ, ਉਹ ਭੋਲਾ ਹੁੰਦਾ, ਉਹ ਬੋਲਬਾਣੀ ਚ ਫਸ ਜਾਂਦਾ, ਸਾਨੂੰ ਕੀ ਪਤਾ ਕਿਸੇ ਦੇ ਮਨ ਚ ਕੀ ਚੱਲਦਾ, ਸਿਰਫ ਅਸੀਂ ਜਿਹੜਾ ਨਾ ਇਨਸਾਨ ਭੋਲਾ ਹੋਵੇ, ਠੀਕ ਹੈ, ਉਹ ਇੰਨੀ ਛੇਤੀ ਕਿਸੇ ਦੇ ਭਲੇਵੇਂ 'ਚ ਫਸ ਜਾਂਦਾ ਹੈ, ਕਿਉਂ, ਜਿਹੜਾ ਮੂਹਰੇ ਵਾਲਾ ਹੈ ਉਸ ਇਨਸਾਨ ਨੇ, ਚਲਾਕ ਇਨਸਾਨ ਨੇ ਤਾਂ ਤੈਨੂੰ ਮਹਿਲ ਦਿਖਾਉਣੇ ਆ, ਆਏ ਤੇ ਆਏ ਕਰ ਦੇਣਾ, ਆਏ ਤੇ ਆਏ ਕਰ ਦੇਣਾ, ਆਪਾਂ ਆਏ ਤੇ ਆਏ ਕਰ ਦੇਣਾ, ਉਂਗਲੀ ਉਹ ਕਾਰੇ ਕਰਾ ਜਾਂਦੀ ਹੈ ਸਾਰੇ, ਠੀਕ ਹੈ ਜੀ, ਆਪਣੇ ਵਰਗੇ ਭੋਲੇ ਫਸ ਜਾਂਦੇ ਨਿਰੋਪੁਰੀ ਝੂਠ ਹੁੰਦਾ, ਉਹ ਫਿਰ ਉੱਥੇ ਆ ਕੇ ਗੱਲ ਆ ਜਾਂਦੀ ਹੈ, ਰਾਹ ਪਿਆ ਜਾਣੀ ਹੈ ਜਾਂ ਫਿਰ ਵਾਹ ਪਿਆ ਜਾਣੀ ਹੈ, ਠੀਕ ਹੈ ਜੀ। ਕਈ ਵਾਰ ਸਾਨੂੰ ਆਪਣੇ ਘਰ ਚ ਨਹੀਂ ਪਤਾ ਲੱਗਦਾ ਵੀ ਸਾਡੇ ਘਰ ਚ ਇਹੋ ਜਿਹੀ ਚੀਜ਼ ਬੈਠੀ ਹੈ, ਨਹੀਂ ਪਤਾ ਲੱਗਦਾ, ਉਹ ਬੋਲੀ ਦਾ ਹੀ ਇੰਨਾ ਮਿੱਠਾ ਹੁੰਦਾ, ਬੋਲੀ ਦਾ ਹੀ ਇੰਨਾ ਮਿੱਠਾ, ਚਾਹੇ ਜਨਾਨੀ ਹੈ ਉਹਦਾ ਮਤਲਬ ਤਜਰਬਾ ਹੀ ਇੰਨਾ ਹੁੰਦਾ, ਠੀਕ ਹੈ ਨਾ। ਕਹਿੰਦੇ ਆ ਬਈ ਬੋਲਬਾਣੀ ਜਿਹਦੇ ਨਾਲ ਰਸ ਚਾਉਂਦਾ ਹੋਵੇ, ਛੇਤੀ ਛੇਤੀ ਇਹੋ ਜਿਹੇ ਇਨਸਾਨ ਤੇ ਭਰੋਸਾ ਨਾ ਕਰੋ, ਜਿਹੜਾ ਬੰਦਾ ਕੌੜਾ ਹੈ ਉਹਦੀਆਂ ਗੱਲਾਂ ਤੁਹਾਨੂੰ ਦੁੱਖ ਜ਼ਰੂਰ ਦੇਣਗੀਆਂ, ਤੁਹਾਨੂੰ ਤਕਲੀਫ ਜ਼ਰੂਰ ਪਊਗੀ, ਪਰ ਉਹਦੀਆਂ ਗੱਲਾਂ ਸੱਚੀਆਂ ਹੋਣਗੀਆਂ, ਠੀਕ ਹੈ ਜੀ। ਤਾਂ ਹੀ ਤਾਂ ਕਹਿੰਦੇ ਸੱਚ ਨੂੰ ਤਮੀਜ਼ ਹੈ ਨਹੀਂ ਗੱਲ ਕਹਿਣ, ਹਾਂ ਸੱਚ ਨੂੰ ਤਮੀਜ਼ ਨਹੀਂ ਗੱਲ ਕਹਿਣ ਦੀ, ਝੂਠ ਦੇਖੋ, ਠੀਕ ਹੈ, ਸੱਚ ਹੈ ਜਿਹੜਾ ਗੁਲਾਮੇ ਤੋਂ ਫੜਨ ਨੂੰ ਜਾਂਦਾ, ਫਿਰ ਜਦ ਅਗਲੇ ਦੇ ਅੰਦਰ ਅੱਗ ਲੱਗਦੀ ਹੈ, ਬਿਲਕੁਲ, ਠੀਕ ਹੈ।
झूठे ने तो कहना बस बचो निम्रता ये निकलो इतने फिर बस गया निकल गए हाँ उनको पता होता भी अपना कसूर है कसूर है ठीक है जी पर मैं ये कहनी है भी सच्चे पातशाह झूठ की बीमारी ना लाई मैं तो मालिक नू यह कहनी है जेड़ी झूठ की बीमारी है एक नू हुंदी है वो पुस्त बर्बाद हो जाती है पिछे खानदानी खत्म कर दिंदी है क्यों जे माँ बाप झूठे हैं तो धियां पुत्तां ने भी माँ बाप ते ही जाना गुआंढ़ियां ते नहीं जाना पैंदा है ठीक है जी जिवें कहना जिहे जी कोको हो जे बच्चे ओह जे बच्चे पैंदा असर लग गया देखो अपना भैन भाई आ गया अपा ने कोई कितने का सहारा बनना है कोई कला बड़ा नहीं है सब भैन भाइया गुआढ़ियों रिश्तेदार बड़े ने ठीक है जब सरदार जी कोई किसी के कहने नक चो चो के मूह च पै जाती है तो अगला पासा वटद कोई सदाई नहीं होंगे ठीक है सब न चाहिए बराबर लाइन लगिया हुई भैन भाइया दया ठीक है पर अज का जोड़ा जमाना खत्म है जी मैं तो यह कहूंगी सौ चो पंचारे निकलणगे नहीं निकलते पंचारे जी ठीक है जी आत्मा सच्चिया सुच्चिया हुण धरिया नहीं पईआं ठीक है मतलब मैं कहनी आ वी एक होर तुहानूं मैं दसदी आ वी जद चंगी माड़ा इंसान इन्ना माड़ा नहीं बनता जिन्ना चंगा इंसान माड़ा बन जांदा बंदा इन्ना कंदरों टुट जांदा डर जांदा बंदे नूं चंगियां चों वी माड़े दिखाई दे जांदे आ बंदे दा भरोसा उठ खड़दा भी मैं कीदा होवां मैं कीदे नेड़े नूं जावां ओह बणदा ही नहीं सारी उमर ठीक है ओह इन्नी बोली बोलवाणी च भी बंदे ते कड़तल आ जांदी है एक तौलण जिहा इंसान हुंदा भावें ओह कुड़ी है भावें मुंडा है जिहनूं कोई चित चेते ही नहीं हुंदा भी मेरे नाल जिंदगी च आए भी हो सकदा मेरे ही कर सकदे आ ठीक है जी उहदे नाल ओह हो जाणी है जिहड़ी कदे उहने सुपने च नहीं सोची फिर ओह बंदा कहिंदे फलाद बण जांदा है अंदरों बिल्कुल बणदा ठीक है जी समां बणाउंदा है समां दे थपेड़े बणाउंदे आ थपेड़े बणाउंदे ने ठीक है जदों सच्चाई मर गई उदन दुनिया खत्म हो जू उदन दुनिया का परमात्मा तो विश्वास उठ खड़ू भावें थोनू सच्चाई थोड़ी थोड़ी इमानदारी थोनू सूई दे नक्के च नूं वड़ दे पर इमानदारी और सच्चाई का लड़ ना छड्डियो ठीक है जी जिदन असी लड़ छड़ता असी जंग जीती हुई भी हार जानी है झूठे जी ओही तां ही कहने भी जो झूठे दे पैर नहीं हुंदे झूठे बंदे दे कहने भी झूठ ਜਿਹੜੀਆਂ ਨੀਹਾਂ ਨੇ ਝੂਠ ਦੀਆਂ ਨਾ ਉਹ ਬੋਧੀਆਂ ਨੇ ਬੋਧੀਆਂ ਜੀ ਮਹਿਲ ਮਨਾ ਲੋ ਖੜ ਜਾਂਦੇ ਨੇ ਝੂਠ ਬੋਲ ਬੋਲ ਕੇ ਸਭ ਕੁਝ ਕਰ ਸਕਦਾ ਹੈ ਲੁੱਟ ਲਟਈਏ ਕਰਦਾ ਲਟਈਆ ਕਰ ਸਕਦਾ ਫਿਰ ਆਉਂਦੀਆਂ ਵੀ ਉਕਣੇ ਥੱਲੇ ਉਹ ਜਿਵੇਂ ਕਹਿੰਦੇ ਵੀ ਉਹ ਖੜਦੀਆਂ ਨਹੀਂ ਉਹਨਾਂ ਦੇ ਪੈਰ ਨਹੀਂ ਹੁੰਦੇ ਪੈਰ ਨਹੀਂ ਹੁੰਦੇ ਬੇਸ ਨਹੀਂ ਹੁੰਦਾ ਬੇਸ ਨਹੀਂ ਹੁੰਦਾ ਉਹਨਾਂ ਦਾ ਠੀਕ ਹੈ ਮੈਂ ਕਹਿੰਦੀ ਹਾਂ ਵੀ ਆਪਣੀ ਜ਼ਿੰਦਗੀ ਦੀ ਨੀਂਹ ਇੰਨੀ ਕੁ ਮਜ਼ਬੂਤ ਰੱਖੋ ਜੋ ਸਾਡੇ ਨਾਲ ਹੁੰਦਾ ਹੋ ਹੀ ਜਾਣ ਦਿਓ ਪਤਾ ਨਹੀਂ ਅਸੀਂ ਪਿਛਲੇ ਜਨਮ ਚੱਪਾਂ ਕਰਕੇ ਆਏ ਹਾਂ ਜਿਹਦੇ ਨਾਲ ਵੀ ਭੈਣ ਭਾਈ ਨਾਲ ਕਿਸੇ ਨਾਲ ਬੁਰਾ ਅਬਲਾ ਤਾਂ ਹੋਵੇ ਨਾ ਜੇ ਹੁੰਦਾ ਤਾਂ ਜਾਂ ਤਾਂ ਆਪਾਂ ਪਿੱਛੇ ਕਰਕੇ ਆਏ ਹੋਣੇ ਆ ਨਾ ਇਹ ਸੋਚ ਸਾਡੇ ਨਾਲ ਅਗਲਾ ਕਰ ਚੱਲਿਆ ਠੀਕ ਹੈ ਪਰ ਝੂਠ ਇਹ ਨਾ ਹੋਵੇ ਵੀ ਝੂਠੇ ਨਾਲ ਲੱਗ ਕੇ ਤੁਸੀਂ ਵੀ ਆਪਣੀ ਜ਼ਿੰਦਗੀ ਗੰਦੀ ਕਰ ਲਓ ਤੁਸੀਂ ਵੀ ਝੂਠੇ ਹੋ ਜਾਓ ਅਸੀਂ ਜਿੱਥੇ ਖੜੇ ਹਾਂ ਅਸੀਂ ਉੱਥੇ ਖੜੇ ਰਹਿਣਾ ਏਡਾ ਕੁ ਤਜਰਬਾ ਲਾ ਲਓ ਕੋਈ ਆਪਾਂ ਕਿਸੇ ਦੀ ਗੱਲ ਕਰੀ ਹੈ ਸਹੀ ਗੱਲ ਕਰੀ ਹੈ ਤੋੜ ਮਰੋੜ ਕੇ ਗਾਹਾਂ ਇਸ ਤਰੀਕੇ ਨਾਲ ਪੇਸ਼ ਕਰਨੀ ਹੈ ਗਾਹਾਂ ਵਾਲੇ ਦੇ ਇੰਨੀ ਤੀਲੀ ਲਾ ਦੇਣੀ ਹੈ ਉਹ ਸਾਰੀ ਉਮਰੇ ਜਹਿਰ ਘੋਲੀ ਜਾਂਦਾ ਆਪਣੇ ਘਰ ਦੀ ਬਿਲਕੁਲ ਮੈਂ ਦੇਖੇ ਆ ਇਹ ਬੰਦੇ ਹੁਣ ਅੱਜ ਕੱਲ੍ਹ ਕੀ ਹੈ ਅੱਜ ਕੱਲ੍ਹ ਲੋਕ ਸਮਝਦੇ ਆ ਵੀ ਜਿਹੜਾ ਗੁੱਸਾ ਨਾ ਕਰੋ ਕਈ ਵਾਰ ਬੰਦਾ ਗੁੱਸਾ ਨਾ 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 ਗੁੱਸੇ ਵਾਲੀ ਕੋਈ ਗੱਲ ਨਹੀਂ ਜੀ ਮੇਰਾ ਥੋੜਾ ਜਿਹਾ ਗੱਲ ਕਰਨ ਦਾ ਢੰਗ ਹੈ ਜੀ ਬੋਲਬਾਣੀ ਵੀ ਉਹੀ ਜਿਹੀ ਹੋਊਗੀ ਪਰ ਕਿਸੇ ਦੇ ਅੰਦਰ ਦਾ ਕੀ ਪਤਾ ਠੀਕ ਹੈ ਨਾ ਉਹ ਸਿਰੇ ਦੇ ਬਹੁਤ ਘੱਟ ਬੰਦੇ ਨੇ ਇਹੋ ਜਿਹੇ ਜਿਹੜਾ ਸੱਚਾ ਬੰਦਾ ਹੋਊਗਾ ਉਹ ਕਾੜੇ ਹੋਊਗਾ ਉਹਨੇ ਜਿਵੇਂ ਕਹਿੰਦੇ ਵੀ ਲੱਗਣਾ ਹੈ ਕੌੜਾ ਹੁੰਦਾ ਨਹੀਂ ਕੌੜਾ ਵੈਸੇ ਸੱਚਾਈ ਜੀ ਮੈਂ ਤਾਂ ਸੱਚਾਈ ਹੈ ਜਿਹੜੀ ਸੱਚਾਈ ਹੈ ਨਾ ਉਹ ਵੀ ਕੌੜੀ ਹੈ ਹਾਂ ਸੱਚਾਈ ਜ਼ਹਿਰ ਵਾਲਾ ਬੰਦਾ ਤਾਂ ਇਹ ਮੈਂ ਕਹਿੰਦਾ ਇੱਕ ਵਾਰ ਮਰ ਜਾਂਦਾ ਹਾਂ ਜਿਹੜਾ ਸੱਚਾਈ ਹੈ ਇਹ ਬੰਦੇ ਨੂੰ ਜਦ ਜਿਉਂ ਜਿਉਂ ਕੋਈ ਯਾਦ ਆਉਂਦਾ ਨਾ ਵੀ ਇਹਨੇ ਮੈਨੂੰ ਐਂ ਕਿਹਾ ਤਾਂ ਉਹਨੂੰ ਉਹ ਜ਼ਹਿਰ ਨਾਲੋਂ ਵੀ ਵੱਧ ਕੌੜੀ ਲੱਗਦੀ ਹੈ ਵੱਧ ਕੌੜੀ ਲੱਗਦੀ ਹੈ ਠੀਕ ਹੈ ਪਰ
ਉਹਦਾ ਨਤੀਜਾ ਉਹਦੇ ਨੂੰ ਕੁਛ ਸਮੇਂ ਬਾਅਦ ਹੀ ਆ ਕੇ ਪਤਾ ਲੱਗਦਾ। ਝੂਠ ਤੁਸੀਂ ਬੋਲ ਕੇ ਦੇਖ ਲਓ, ਇੱਕ ਵਾਰ ਬੋਲੋ, ਦੋ ਵਾਰ ਬੋਲੋ, ਵੀ ਮਨ ਨੂੰ ਕਿਤੇ ਨਾ ਕਿਤੇ ਉਹਦੀ ਜਾ ਕੇ ਖਟਕਣ ਪੈਦਾ ਹੁੰਦੀ ਹੈ। ਬੋਲ ਕੇ ਆ ਕਰਿਆ ਤਾਂ ਖਟਕਣ ਤਾਂ ਪਊਗੀ ਜੇ ਅਸੀਂ ਹੁਣ ਮੈਂ ਲਾ ਲਓ, ਮੈਂ ਕਿਸੇ ਨੂੰ ਇਹ ਮਾੜਾ ਕਹੀ ਜਾਣਾ, ਖਟਕਣ ਜਦ ਪਊਗੀ ਜਦ ਮੈਂ ਕਿਤੇ ਇਕਾਂਤ ਚ ਬੈਠ ਕੇ ਆਪਣੇ ਅੰਦਰ ਝਾਕਣਾ ਬਈ ਜਿਹੜਾ ਮੇਰੇ ਨਾਲ ਅਗਲਾ ਉਹ ਹੋ ਗਿਆ, ਇੰਨਾ ਮੈਨੂੰ ਪਿਆਰ ਕਰਦਾ, ਜਾਨ ਦਿੰਦਾ, ਜਿਹੜਾ ਸਾਡੇ ਬਿਨਾਂ ਸਾਹ ਨਹੀਂ ਥਾ ਲੈਂਦਾ, ਉਹ ਇੱਕੋ ਲਖਤ ਸਾਤੋਂ ਪਿੱਛੇ ਹਟ ਗਿਆ, ਕਿਤੇ ਮੇਰੇ ਚ ਕੋਈ ਘਾਟ ਤਾਂ ਨਹੀਂ। ਇਹ ਵੀ ਅਕਲ ਵਾਲਾ ਹੀ ਸੋਚਦਾ, ਬੇਅਕਲ ਬੰਦਾ ਨਹੀਂ ਇਹਦੇ ਬਾਰੇ ਸੋਚਦਾ ਜੀ। ਇਹ ਚੀਜ਼ ਵੀ ਸੋਚਣੀ ਬਣਦੀ ਹੈ, ਠੀਕ ਹੈ ਨਾ। ਹੁਣ ਮੈਨੂੰ ਇਹ ਦੱਸੋ, ਕਿਹਨੂੰ ਕਿਸੇ ਬਿਨਾਂ ਸਰਦਾ? ਕਿਸੇ ਨੂੰ ਨਹੀਂ ਕਿਸੇ ਬਿਨਾਂ ਸਰਦਾ, ਪਰ ਝੂਠ ਦੀ ਪਰਤ ਇੰਨੀ ਚੜੀ ਹੁੰਦੀ ਕਈ ਵਾਰੀ, ਠੀਕ ਹੈ, ਬੰਦਾ ਸਾਲਾਂ ਦਾ ਹੁੰਦਾ। ਝੂਠ ਝੂਠਾ ਇਨਸਾਨ ਜਿਹਨੂੰ ਬਹੁਤ ਜ਼ਿਆਦਾ ਤਜਰਬਾ ਝੂਠ ਬੋਲਣ ਦਾ, ਉਹ ਤਾਂ ਆਪਣੀ ਸੱਚਾਈ ਕਿਸੇ ਦੇ ਸਾਹਮਣੇ ਆਉਣੇ ਨਹੀਂ ਦਿੰਦਾ, ਉਹਦਾ ਤਜਰਬਾ ਹੀ ਇੰਨਾ, ਉਹਨੇ ਸਮੇਂ ਵੀ ਕਵਰ ਕਰਨੇ ਆ ਵੀ ਇੱਥੇ ਇੱਥੇ ਕਿਤੇ ਮੇਰਾ ਪਰਦਾ ਨਾ ਚੱਕਿਆ ਜਾਵੇ। ਜਦ ਉਹਦੀ ਸੱਚਾਈ ਸਾਹਮਣੇ ਆਉਂਦੀ ਹੈ, ਫਿਰ ਉਹ ਟਾਈਮ ਪੱਲੇ ਕੱਖ ਨਹੀਂ ਰਹਿੰਦਾ। ਮੈਂ ਕਹਿੰਦੀ ਪੱਲੇ ਰਹਿਣਾ ਤਾਂ ਰਹਿਣਾ ਕੱਖ, ਉਹ ਜਿਹੜਾ ਉੱਪਰ ਬੈਠਾ ਫਿਰ ਉਹ ਨੰਗੇ ਚੰਗਾ ਹੀ ਕਰਦਾ। ਪੀੜ੍ਹੀਆਂ ਖਤਮ ਹੋ ਜਾਂਦੀਆਂ ਨੇ, ਫਿਰ ਉਹ ਸੋਚਦਾ ਕਿਤੇ ਨਾ ਕਿਤੇ ਜਾ ਕੇ। ਮੈਂ ਇਹ ਕਹੂੰਗੀ, ਕਦੇ ਝੂਠ ਦਾ ਆਸਰਾ ਨਾ ਲਓ, ਸਾਡੇ ਨਾਲ ਜੋ ਬਣਦੀ ਹੈ ਬਣੀ ਜਾਣ ਦਿਓ, ਸਹੀ ਰਹੋ। ਸਾਨੂੰ ਪਤਾ ਹੈ ਵੀ ਅਸੀਂ ਕਿਸੇ ਪਾਸੇ ਅਸੀਂ ਗਲਤ ਨਹੀਂ ਹੈਗੇ, ਪਰ ਮੈਂ ਇਹ ਗੱਲ ਫੇਰ ਦੁਬਾਰਾ ਕਹੂੰਗੀ ਵੀ ਸਹੀ ਹੋਈਏ ਅਸੀਂ, ਇਹ ਨਾ ਹੋਵੇ ਅਸੀਂ ਗਲਤ ਹੁੰਦੇ ਹੁੰਦੇ ਵੀ ਕਹੀ ਜਾਈਏ ਅਸੀਂ ਗਲਤ ਨਹੀਂ ਹੈਗੇ, ਮੈਂ ਸਹੀ ਹਾਂ, ਸਹੀ ਹੋਈਏ ਅਸੀਂ। ਜਿਹੜੀਆਂ ਪੰਜ ਚਾਰ ਚੀਜ਼ਾਂ ਵਾਹਿਗੁਰੂ ਤੋਂ ਲੈ ਕੇ ਆਇਆ, ਉਹ ਤਾਂ ਜਾ ਕੇ ਵਾਪਸ ਸੰਭਾਲ ਦਿਓ ਉਹਨੂੰ, ਉਹ ਨਾ ਉਰੇ ਛੱਡ ਕੇ ਜਾਓ। ਹੋਰ ਤਾਂ ਆਪਣੇ ਨਾਲ ਕੁਛ ਨਹੀਂ ਜਾਣਾ ਹੈਗਾ, ਮਹਿਲਵਾੜੀਆਂ ਤਾਂ ਜਾਣੀਆਂ ਨਹੀਂ ਹੈਗੀਆਂ, ਠੀਕ ਹੈ। ਆਪਣਾ ਤਾਂ ਇਹੀ ਕਹਿਣਾ ਹੈ ਜੀ, ਕਦੇ ਝੂਠ ਨਾ ਬੋਲੋ, ਬਸ ਬਚੋ, ਜਿੰਨਾ ਬਚ ਜਿੰਨਾ ਬਚ ਹੁੰਦਾ ਹੈ ਉਨਾ ਬਚੋ। ਜੇ ਕੋਈ ਸਾਡੇ ਸਾਹਮਣੇ ਝੂਠਾ ਖੜਾ ਹੈ, ਉਹਦਾ ਕਦੇ ਝੂਠ 'ਚ ਸਾਥ ਨਾ ਦਿਓ, ਠੀਕ ਹੈ ਜੀ। ਇਹ ਨਾ ਹੋਵੇ ਵੀ ਅਸੀਂ ਝੂਠੇ ਦੇ ਰੰਗ 'ਚ ਰੰਗੇ ਜਾਈਏ, ਨਹੀਂ ਤੁਹਾਡਾ ਉਹਦੇ ਨਾਲ ਵਰਤਾਅ ਹੈਗਾ, ਨਹੀਂ ਤੁਹਾਡਾ ਦਿਲ ਮਿਲਦਾ, ਉਹ ਤੋਂ ਪਾਸਾ ਵੱਟ ਲਓ, ਪਰ ਕਦੇ ਅਗਲੇ ਵਰਗੇ ਨਾ ਹੋ। ਚੰਗੇ ਦਾ ਸੰਗ ਕਰੋ, ਠੀਕ ਹੈ, ਮਾੜੇ ਦਾ ਸੰਗ ਨਾ ਕਰੋ, ਠੀਕ ਹੈ ਜੀ। ਝੂਠ ਕਦੇ ਨਾ ਬੋਲੋ, ਨਾ ਕੋਈ ਸਿਆਣਾ ਬੋਲੋ, ਨਾ ਕੋਈ ਨਿਆਣਾ ਝੂਠ ਬੋਲੋ, ਬਸ ਇਹੀ ਗੱਲਾਂ ਕਹਿਣੀਆਂ ਤੀਆਂ ਜੀ। ਕੋਈ ਗਲਤੀ ਹੋਵੇ ਤਾਂ ਮਾਫ਼ ਕਰਿਓ, ਅਤੇ ਚਲੋ ਠੀਕ ਹੈ ਜੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ, ਅਤੇ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਅਤੇ ਸਟੋਰੀਆਂ ਬਾਰੇ ਦੱਸ ਦਿਓ ਜੀ। ਜੇ ਕੋਈ ਸਟੋਰੀ ਹੋਈ ਕਿਸੇ ਕੋਲ, ਤੁਸੀਂ ਭੇਜ ਸਕਦੇ ਹੋ ਸਾਨੂੰ ਵਟਸਐਪ ਨੰਬਰ 'ਤੇ, ਅਸੀਂ ਭੇਜ ਦਾਂਗੇ ਤੁਹਾਨੂੰ ਨੰਬਰ। ਅਤੇ ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।